ले काका जिंदा रहे जिंदा रहे, रब तेनु लम्मियां उम्र बख्शे। ओ वीरे, तेरी जो भी अरदास है ना, रब एक दिन जरूर सुनेगा। ओ नाले, जे तेरे वर्गे सच्चे बंदे दी नहीं सुनेगा ते रब दा की फायदा। मैनू तेरिया सारिया गल्लां चो ना सिर्फ एक रब ते एक नुकसान, आ दो ही गल्लां समझ आईयां, और कुछ नहीं पल्ले पिया मेरे। यार मैं तेनू किन्नी बार समझाया, तू मैनू अखां नाल जो मर्जी कह लिया कर, आ जिहड़ियां उंगलां जी हिलाना ना मैनू भोरा भी पल्ले नहीं पैंदी। नाले मेरी गल सुन, मैं कल सवेरे आऊंगा तेरे कोल घरे, तू तैयार रही, आपां चंडीगढ़ चलांगे, मॉल शॉल घुमांगे, एनका लैके आवांगे। की हो गया? कल संडे है। ओ हाँ, मैनू पता है कल इतवार है, ताई तो तेनू कह रहा छुट्टी का दिन है, आप घूम फिर के आवांगे। मैं कल नाडा साहब जाना है। ओ यार कमल, तेरा की होएगा? चल ठीक है, कोई नहीं, तू सवेरे तैयार रही, मैं आऊंगा, आपा दोनों पहला गुरुद्वारे चलांगे, फिर मॉल जावांगे, उसको चश्मे लेके आवांगे, ठीक है? चल ओके, फिर चढ़ दी गला। ओ इन्नू की हो गया हूं तेरे को लाके? चल फिर शुभ रात्रि। जे अज तो बाद तेनू सिमरन दे नेड़े तेड़े भी वेख्या ना, मैं फड़ दूंगा तेनू। ओ छड्ड यार, गरीब बंदा है ना। जे गरीब बंदा है ता साडी मशूक ते अख रखूगा। तू छड्ड, मैं गल करदा। तू जानदा उन्हूं कौन है? बाला दिमाग खराब है उहदा। मेरी गल मन, ना लै पंगा। नाले कुड़ियां दा की है, होर बथेरियां मिल जानियां, पर जे जिउंदा रहेगा तां। ते मेरी गल मन, उहनूं भुल जा।
ਐਵੇਂ ਕਿਵੇਂ ਭੁੱਲ ਜਾ? ਮੈਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੀ ਹੈ, ਇਹ ਭੁੱਲ ਜਾਵੇ ਉਸ ਨੂੰ? ਤੇਰੀ ਇੰਨੀ ਹਿੰਮਤ, ਤੂੰ ਉਹਨੂੰ ਪਿਆਰ ਕਰੇਗਾ? ਹਾਂ ਕਰੂੰਗਾ। हो गया, हुण इहदी लाश नूं टिकाणे लाउण दा हिला कर। फस जाना। चल चल छेती कर।
कवल कवल पुत तू सो पीती सो गया, तू रोटी भी नहीं खादी, तू ठीक तो है पुत? पुत की होया, कुछ दसता सही की होया पुत? ओ तो दूध लेन गए ने। ओ जगमीत कोरे, तैनू पता है बाहर मेन रोड ते एक बंदे दी लाश मिली है। की फोन? ओ मेरा फोन ता मेरे कोले है, ले आ वेख। ओ की लब रहे हैं? ओए ए किदी गड्डी दा नंबर है? ओ पुत तू दसता सही गल की है? कमल तू ठीक ता है? जगमीत कुरे नू होया की है? पता नहीं जी, रात दी रोटी भी नहीं खादी, मैं ते देखे एथी सुत्ता पिया जी रात दा। पता नहीं की होया मेरे पुत नू। पुत दसता सही गल की है? तेनू किसी ने देखा था नहीं है? तू ठीक तो है पुत? तेनू किसी ने देखा नहीं, आपा किसी नू दसना नहीं। तू तू चिंता ना कर, चिंता ना कर पुत। नहीं पुत नहीं। ना पुत, ਇਹ ਪੁਲਿਸ ਵਾਲੇ ਆਪਣੇ ਗਰੀਬਾਂ ਦੀ ਕਿੱਥੋਂ ਸੁਣਦੇ ਨੇ? ਜੇ ਤੂੰ ਗਿਆ ਨਾ, ਤੈਨੂੰ ਵੀ ਅੰਦਰ ਕਰ ਦੇਣਾ ਉਹਨਾਂ ਨੇ। ਜਿਹੜੇ ਬੰਦੂਕਾਂ ਲੈ ਕੇ ਘੁੰਮਦੇ ਨੇ ਨਾ, ਇਹ ਕੋਈ ਛੋਟੇ ਲੋਕ ਨਹੀਂ ਹੁੰਦੇ, ਇਹ ਸਾਰੇ ਅਮੀਰ ਲੋਕਾਂ ਦੀਆਂ ਔਲਾਦਾਂ ਹੁੰਦੀਆਂ ਨੇ। ਆਹੋ ਪੁੱਤ, ਗਰੀਬ ਬੰਦਾ ਤਾਂ ਜਿੰਨਾ ਮਰਜ਼ੀ ਰੌਲਾ ਪਾ ਲੇ, ਆਖਰ ਤਾਂ ਜਿੱਤ ਵੱਡਿਆਂ ਲੋਕਾਂ ਦੀ ਹੁੰਦੀ ਆ ਨਾ ਪੁੱਤ। ਜੇ ਰੱਬ ਨੇ ਚਾਹਿਆ ਨਾ, ਉਹਨਾਂ ਨੂੰ ਆਪੇ ਹੀ ਰੱਬ ਸਜ਼ਾ ਦੇ ਦੂ। ਪੁੱਤ ਬੱਚਿਆਂ ਵਾਲੀਆਂ ਗੱਲਾਂ ਨਾ ਕਰ, ਸਾਡਾ ਤਾਂ ਕੀ ਹੈ, ਤੇਰੀ ਪੂਰੀ ਜ਼ਿੰਦਗੀ ਪਈ ਹੈ, ਤੈਨੂੰ ਇਸ ਰਾਹ 'ਤੇ ਤੁਰਿਆ ਕੁਛ ਨਹੀਂ ਮਿਲਣਾ। ਨਾਲੇ ਇਹ ਸਾਰੀਆਂ ਗੱਲਾਂ ਫਿਲਮਾਂ ਅਤੇ ਕਿਤਾਬਾਂ ਵਿੱਚ ਹੀ ਸੱਚ ਹੁੰਦੀਆਂ ਨੇ, ਪਰ ਅਸਲ ਜ਼ਿੰਦਗੀ ਦੀ ਸੱਚਾਈ ਤਾਂ ਕੁਛ ਹੋਰ ਹੀ ਹੈ ਪੁੱਤ। ਪੁੱਤ ਤੈਨੂੰ ਰੱਬ ਦਾ ਵਾਸਤਾ, ਆਪਣੀ ਜ਼ਿੰਦਗੀ ਖਰਾਬ ਨਾ ਕਰ ਪੁੱਤ। ਤੂੰ ਇੱਧਰ ਸਾਡੇ ਕੋਲ ਆ। ਅਸੀਂ ਮੌਕਾ ਵਾਰਦਾਤ 'ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਇੱਕ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਜੇਬ 'ਚੋਂ ਜਿਹੜਾ ਆਈਡੀ ਕਾਰਡ ਮਿਲਿਆ ਉਹਦੇ ਮੁਤਾਬਿਕ ਮਰਨ ਵਾਲੇ ਦਾ ਨਾਂ ਕਰਮਵੀਰ ਹੈ, ਜੋ ਕਿ ਇੱਥੇ ਸਥਾਨੀ ਕਾਲਜ ਦਾ ਪੜ੍ਹਨ ਵਾਲਾ ਛਾਤਰ ਹੈ, ਐਮ ਕੌਮ ਦਾ ਪੜ੍ਹਨ ਵਾਲਾ ਛਾਤਰ ਹੈ। ਅਤੇ ਸੂਤਰਾਂ ਦੇ ਅਨੁਸਾਰ ਜੋ ਸਾਨੂੰ ਪਤਾ ਲੱਗਿਆ ਕਿ ਇਹ ਕਤਲ ਰਾਤ 12 ਵਜੇ ਤੋਂ ਬਾਅਦ ਹੋਇਆ, ਕਿਉਂਕਿ 11 ਵਜੇ ਦੇ ਲਗਭਗ ਇੱਥੋਂ ਇੱਕ ਪੈਟਰੋਲਿੰਗ ਦੀ ਗੱਡੀ ਲੰਘੀ ਸੀ। ਉਸ ਵੇਲੇ ਤੱਕ ਇੱਥੇ ਇੱਦਾਂ ਦਾ ਕੁਛ ਵੀ ਨਹੀਂ ਸੀਗਾ। ਬਾਕੀ ਪੂਰੀ ਜਾਣਕਾਰੀ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹਾਸਿਲ ਹੋਵੇਗੀ। ਪੁਲਿਸ ਦੇ ਮੁਤਾਬਿਕ ਮ੍ਰਿਤਕ ਨੂੰ ਗੋਲੀ ਬਹੁਤ ਨੇੜੇ ਦੀ ਮਾਰੀ ਗਈ ਹੈ। ਪੁਲਿਸ ਦੇ ਅਨੁਸਾਰ ਇਹ ਆਪਸੀ ਰੰਜਿਸ਼ ਦਾ ਮਾਮਲਾ ਲੱਗਦਾ ਹੈ। ਤੂੰ ਬੜਾ ਟਾਈਮ ਲਾਤਾ ਅੰਦਰ, ਇੱਦਾਂ ਹੁਣ ਆਪਾਂ ਪਹਿਲਾਂ ਗੁਰਦੁਆਰੇ ਜਾਵਾਂਗੇ ਫਿਰ ਮੋਲ ਜਾਵਾਂਗੇ। ਅੱਜ ਕੱਲ੍ਹ ਸੇਲਾਂ ਬਹੁਤ ਲੱਗੀਆਂ ਹੋਈਆਂ ਨੇ। ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ਼ੀ ਹੈ। ਨਾਲੇ ਆ ਪੁਲਿਸ ਵਾਲਿਆਂ ਨੂੰ ਦੇਖ ਲਓ, ਗਰਮੀ ਬਹੁਤ ਹੈ ਨਾ ਭਾਈਆ। 5 ਰੁਪਏ ਦੇ ਦੇ ਭਾਈਆ, ਭਗਵਾਨ ਵਾਲਾ ਕਰੇਗਾ। ਤੂੰ ਵੀ ਲੈ ਲਾ ਯਾਰ, ਜਿਹੜਾ ਤੇਰੇ ਕਰਮਾਂ ਦਾ। ਆਹ ਲੈ ਫੜ, 5 ਰੁਪਈਏ।
ਵੀਰੇ ਹੁਣ ਆਪਾਂ ਐ ਕਰਦੇ ਆ ਆਪਾਂ ਇੱਧਰ ਨੂੰ ਚੱਲਦੇ ਆ ਫੇਰ ਜਦੋਂ ਇੱਧਰ ਨੂੰ ਜਾਵਾਂਗੇ ਨਾ ਇਸ ਰਾਹ ਤੇ ਤੁਰਿਆ ਕੁਛ ਨਹੀਂ ਮਿਲਣਾ ਪੁੱਤ ਤੈਨੂੰ ਰੱਬ ਦਾ ਵਾਸਤਾ ਸਾਰੀਆਂ ਗੱਲਾਂ ਫਿਲਮਾਂ ਤੇ ਕਿਤਾਬਾਂ ਵਿੱਚ ਹੀ ਸੱਚ ਹੁੰਦੀਆਂ ਨੇ ਆਪਣੀ ਜ਼ਿੰਦਗੀ ਖਰਾਬ ਨਾ ਕਰ ਭਈਆ ਭਗਵਾਨ ਬਲਾ ਕਰੇਗਾ ਆਹੋ ਪੁੱਤ ਗਰੀਬ ਬੰਦਾ ਤਾਂ ਜਿੰਨਾ ਮਰਜ਼ੀ ਰੋਲਾ ਪਾ ਲੈ ਕੇ ਘੁੰਮਦੇ ਨੇ ਆਖਰ ਤਾਂ ਜਿੱਤ ਵੱਡਿਆਂ ਲੋਕਾਂ ਦੀ ਹੁੰਦੀ ਆ ਨਾ ਪੁੱਤ ਤੈਨੂੰ ਇਸ ਰਾਹ ਤੇ ਤੁਰਿਆ ਕੁਛ ਨਹੀਂ ਮਿਲਣਾ ਤੈਨੂੰ ਇਸ ਰਾਹ ਤੇ ਤੁਰਿਆ ਕੁਛ ਨਹੀਂ ਮਿਲਣਾ ਹਾਂ ਕੀ ਹੋਇਆ ਖੜ ਜਾ ਸਾਈਡ ਤੇ ਰੁਕਦਾ ਓ ਹਾਂ ਰੋਕਦਾ ਰੋਕਦਾ ਉਹ ਇੰਨੀ ਕਾਲੀ ਕਿਉਂ ਬਚਾ ਰਿਹਾ ਕੀ ਹੋਇਆ ਕੀ ਹੋਇਆ ਦੱਸ ਦੋ ਬੰਦਿਆਂ ਨੇ ਇੱਕ ਬੰਦੇ ਨੂੰ ਮਾਰਦਾ ਤੂੰ ਦੇਖਿਆ ਆਪਣੀ ਅੱਖਾਂ ਨਾਲ ਹਾਂ ਟੀਵੀ ਤੇ ਵੇਖਿਆ ਤੂੰ ਕੀ ਕਰਨਾ ਚਾਹੁੰਦਾ ਹੁਣ ਪੁਲਿਸ ਨੇ ਕੁਛ ਨਹੀਂ ਕਰਨਾ ਵੀਰੇ ਕੋਈ ਗੱਲ ਨੀ ਵੀਰੇ ਤੂੰ ਹਿੰਮਤ ਨਾ ਹਾਰ ਮੈਂ ਚੱਲਾਂਗਾ ਨਾਲ ਤੇਰੇ ਤੇਰਾ ਭਰਾ ਖੜਾ ਨਾਲ ਤੇਰੇ ਚੱਲ ਆ ਚੱਲੀਏ ਤੂੰ ਘਬਰਾ ਨਾ ਬੈਠ ਚੱਲੀਏ ਚੱਲ ਚੱਲ ਕੇ ਦੇਖਦੇ ਹਾਂ ਉੱਥੇ ਕੀ ਹੁੰਦਾ ਜਨਾਬ ਸਤਿ ਸ਼੍ਰੀ ਅਕਾਲ ਜੀ ਜਨਾਬ ਰਿਪੋਰਟ ਲਿਖਾਣੀ ਸੀ ਕਿੱਥੇ ਲਿਖੂਗੀ ਜੀ ਅੰਦਰ ਜਾ ਕੇ ਖੱਬੇ ਹੋ ਜਾਓ ਠੀਕ ਹੈ ਜੀ ਆ ਜਾ ਬਹਿ ਜਾ ਇੱਥੇ ਹੀ ਬੈਠੋ ਸਾਹ ਬੁਣੇ ਆਉਂਦੇ ਆ ਠੀਕ ਹੈ ਜੀ ਤੂੰ ਦਵੇਂਗਾ ਸ਼ਰੀਫ ਲੋਕਾਂ ਦੇ ਖਿਲਾਫ ਕੋਈ ਮਾਫ ਕਰ ਦੋ ਜਨਾਬ ਦੱਸ ਤੂੰ ਮੈਨੂੰ ਜਨਾਬ ਮਾਫ ਕਰ ਦੋ ਕਿਦੋਂ ਜੁੱਦਾ ਜਨਾਬ ਗਲਤੀ ਹੋ ਗਈ ਸੀ ਲੋਕਾਂ ਨੇ ਇਕਾ ਲਿਆ ਵੱਡੇ ਲੋਕਾਂ ਨੂੰ ਫਸਾਉਣ ਦਾ ਮਾਰ ਗਿਆ ਆਏ ਜਨਾਬ ਮਾਫ ਤੂੰ ਦਵੇਂਗਾ ਸ਼ਰੀਫ ਲੋਕਾਂ ਦੇ ਖਿਲਾਫ ਕੋਈ ਜਨਾਬ ਮਾਫ ਕਰ ਦੋ ਤੈਨੂੰ ਮੈਂ ਕਰਦਾ ਸੈਟ ਜਨਾਬ ਅੱਗੇ ਤੋਂ ਨਹੀਂ ਕਰਦਾ ਜਨਾਬ ਗਲਤੀ ਹੋ ਗਈ ਦੱਸ ਤੂੰ ਮੈਨੂੰ ਜਨਾਬ ਮੈਂ ਕੁਝ ਨਹੀਂ ਦੇਖਿਆ ਜਨਾਬ ਜਨਾਬ ਮਾਫ ਕਰ ਦੋ ਤੂੰ ਅੱਜ ਬੰਦਾ ਬਣਾ ਕੇ ਭੇਜੂ ਵੀਰੇ ਮੈਥੋਂ ਨਹੀਂ ਹੋਣਾ ਮੈਂ ਚੱਲ ਗਿਆ ਇੰਨੀ ਛੇਤੀ ਹਾਂਜੀ ਜਨਾਬ ਸਾਡੀ ਸਾਡੀ ਸਾਈਕਲ ਚੱਕੀ ਜੀ ਘਰੋਂ ਫੋਨ ਆ ਗਿਆ ਲੱਭ ਗਈ ਜੀ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਉਹ ਕਮਲ ਵੀਰੇ ਉਹ ਕਮਲ ਵੀਰੇ ਰੁਕ ਜਾ ਮੈਂ ਆ ਗਿਆ ਕਮਲ ਯਾਰ ਉਹ ਰੁਕ ਜਾ ਯਾਰ ਉਹ ਰੁਕ ਤਾਂ ਸਹੀ ਮੇਰੀ ਗੱਲ ਤਾਂ ਸੁਣ ਉਹ ਯਾਰ ਕਿੱਥੇ ਜਾ ਰਿਹਾ ਕਮਲ ਉਹ ਯਾਰ ਰੁਕ ਤਾਂ ਸਹੀ ਵੀਰੇ ਉਹ ਮੇਰੀ ਗੱਲ ਤਾਂ ਸੁਣ ਲੈ ਯਾਰ ਆਪਾਂ ਘਰ ਚੱਲਦੇ ਹਾਂ ਆਪਣੇ ਉਹ ਯਾਰ ਤੂੰ ਕੀ ਕਰੀ ਜਾਂਦਾ ਗੱਲ ਤਾਂ ਸੁਣ ਮੇਰੀ ਉਹ ਯਾਰ ਕਿੱਥੇ ਜਾ ਰਹੇ ਹੈ ਕਮਲ ਯਾਰ ਸੁਣ ਨਾ ਮੇਰੀ ਗੱਲ ਵੀਰੇ ਚੱਲ ਆ ਜਾ ਬਹਿ ਜਾ ਉਹ ਯਾਰ ਕਿੱਥੇ ਨੂੰ ਚੱਲੇ ਹੈ
रब्बा तू मेरी बोलन दी शक्ति तो पहले ही ले ली सी, हुण एक काम कर मेरी देखन दी ते सुनन दी शक्ति भी ले ले, क्योंकि तेरे संसार विच अन्ने बहरे ते गूंगे ही रह सकते हैं।